ਪੰਜਾਬ ਵਿੱਚ ਲੁੱਟਖੋਹ ਦੀਆਂ ਵਾਰਦਾਤਾਂ ਦਿਨ ਬਦਿਨ ਵਧਦੀਆਂ ਹੀ ਜਾ ਰਹੀਆਂ ਹਨ। ਇਸੇ ਦੇ ਚਲਦਿਆਂ ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਲੁਟੇਰਾ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਲੁਟੇਰਾ ਗਰੋਹ ਵੱਲੋਂ ਕੁਝ ਸਮਾਂ ਪਹਿਲਾਂ ਅੰਮ੍ਰਿਤਸਰ ਵਿੱਚ DSP ਦੀ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਪੁਲਿਸ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਇਹਨਾਂ ਦੋ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਖਿਲਾਫ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਉੱਥੇ ਇਸ ਲੁੱਟ ਦੀ ਗੁੱਥੀ ਨੂੰ ਪੁਲਿਸ ਵੱਲੋਂ ਕੁਝ ਹੀ ਸਮੇਂ ਵਿੱਚ ਟਰੇਸ ਕਰਕੇ ਸੁਲਝਾ ਲਿਆ ਗਿਆ। ਇਸ ਟਾਈਪ ਦਾ ਗੈਂਗ ਕਿਹਾ ਜਾ ਸਕਦਾ ਕਾਫੀ ਸਕ੍ਰਿਯ ਸੀਗਾ ਅੰਮ੍ਰਿਤਸਰ ਦੇ ਵਿੱਚ। ਇਹ ਇਹਨਾਂ ਦੀ ਵਾਰਦਾਤ ਕਰਨ ਦਾ ਤਰੀਕਾ ਇਹ ਸੀਗਾ, ਵਿਸ਼ਾਲ ਅਤੇ ਕੁਲਦੀਪ ਦੋ ਨਾਂ ਦੇ ਵਿਅਕਤੀ ਸੀ, ਇੱਕ ਵਿਅਕਤੀ ਹੋਰ ਸੀਗਾ, ਤਿੰਨੇ ਅਨਨੋਨ। ਇਹ ਪਹਿਲਾਂ ਗੱਡੀ ਦੇ ਪਿੱਛਾ ਕਰਦੇ ਆ, ਗੱਡੀ ਦਾ ਪਿੱਛਾ ਕਰਦਿਆਂ ਇਹਨਾਂ ਨੇ ਆਪਣੀ ਸੂਝ ਬੂਝ ਦੇ ਨਾਲ ਦੇਖ ਲੈਣਾ ਕਿ ਅੰਦਰ ਬੈਗ ਪਿਆ ਜਾਂ ਕੁਛ ਕੈਸ਼ ਵਗੈਰਾ ਪਿਆ। ਉਸ ਡਰਾਈਵਰ ਨੂੰ, ਜਿਹੜਾ ਡਰਾਈਵਰ ਚਲਾ ਰਿਹਾ, ਉਹਨੂੰ ਗਲਤੀ ਲਾਉਣ ਦੀ ਖਾਤਰ ਕਹਿਣਾ ਕਿ ਤੇਰੀ ਗੱਡੀ ਪੈਂਚਰ ਹੋ ਗਈ। ਉਹ ਜਦੋਂ ਪੈਂਚਰ ਗੱਡੀ ਨੂੰ ਦੇਖ ਕੇ ਉੱਤਰ ਕੇ ਦੇਖਦਾ ਕਿ ਪੈਂਚਰ ਆ, ਤਾਂ ਉਨੀ ਦੇਰ ਨੂੰ ਬੈਗ ਜਿਹੜਾ ਸਨੈਚ ਕਰਕੇ ਲੈ ਜਾਂਦੇ ਆ। ਇਸੇ ਤਰ੍ਹਾਂ ਦੀ ਵਾਰਦਾਤ ਕਚਹਿਰੀ ਚੌਂਕ ਦੇ ਵਿੱਚ ਇਹਨਾਂ ਨੇ 15/1/19 ਨੂੰ ਕੀ 15/1/21 ਨੂੰ ਕੀਤੀ ਸੀ। ਪਰ ਉਸ ਦਿਨ ਇਹਨਾਂ ਨੇ ਇੱਕ ਗੱਡੀ ਜਿਹੜੀ ਆ ਉਹ ਜਾਂਦੀ ਦੇਖੀ, ਜਿਹਦੇ ਵਿੱਚ ਕੈਸ਼ ਸੀਗਾ। ਕੈਸ਼ ਨੂੰ ਲੁੱਟਣ ਦੀ ਖਾਤਰ ਇਹਨਾਂ ਨੇ ਉਹਨੂੰ ਪੈਂਚਰ ਗੱਡੀ ਕਹਿਣ ਦਾ ਬਹਾਨਾ ਲਗਾ ਕੇ ਜਦੋਂ ਥੱਲੇ ਉੱਤਰ ਕੇ ਉਸਨੇ ਦੇਖਿਆ ਤਾਂ ਇਹਨੇ ਸਨੈਚ ਕਰਕੇ ਦੋਨੋਂ ਵਿਅਕਤੀ ਦੌੜ ਗਏ। ਇਹ 23/1/21 ਨੂੰ ਸੀਕ੍ਰੇਟ ਇਨਫੋਰਮੇਸ਼ਨ 'ਤੇ SHO ਕੈਂਟ ਅਤੇ SI ਸ਼ਸ਼ੀਲ ਕੁਮਾਰ ਵੱਲੋਂ ਇਹ ਇਨਫੋਰਮੇਸ਼ਨ ਇਹਨਾਂ ਨੂੰ ਬਲਾਸਟ ਹੋਈ, ਜਿਹਦੇ ਬਿਹਾਫ ਦੇ ਉੱਤੇ ਇਹਨਾਂ ਨੇ ਇਹ ਦੋਨੋਂ ਬੰਦੇ ਜਿਹੜੇ ਅਰੈਸਟ ਕੀਤੇ। ਇੱਕ ਵਿਸ਼ਾਲ ਸਿੰਘ 23/1/21 ਨੂੰ ਅਰੈਸਟ ਕੀਤਾ, ਤਾਂ ਕੁਲਦੀਪ ਸਿੰਘ ਨਾਂ ਦਾ ਵਿਅਕਤੀ ਇੱਕ ਅਰੈਸਟ ਕੀਤਾ। ਇੱਕ ਜਿਹੜਾ ਵਿਸ਼ਾਲ ਸਿੰਘ ਹੈ ਵੱਲੇ ਦਾ ਰਹਿਣ ਵਾਲਾ, ਅਤੇ ਕੁਲਦੀਪ ਸਿੰਘ ਜਿਹੜਾ ਹੈਗਾ ਜੀ ਇਹ ਰਾਮਪੁਰੇ ਦਾ ਰਹਿਣ ਵਾਲਾ ਜੀ। ਕੈਸ਼ ਕਿੰਨਾ ਬਰਾਮਦ? ਇਹਨਾਂ ਕੋਲ 5-6 ਲੱਖ ਰੁਪਈਆ ਜਿਹੜਾ ਇਹ ਖੋਹ ਕੇ ਲੈ ਗਏ ਸੀਗੇ। ਅੱਗੇ ਰਿਮਾਂਡ ਦੇ ਉੱਤੇ ਅਸੀਂ ਲਿਆਂਦੇ ਆ, ਪੁੱਛਗਿੱਛ ਸਾਡੀ ਕੋਲ ਜਾਰੀ ਹੈ, ਅਤੇ ਅਜੇ ਰਿਕਵਰੀ ਜਿਹੜੀ ਆ ਤੀਸਰੇ ਬੰਦੇ ਕੋਲ ਦੱਸ ਰਹੇ ਨੇ, ਲੇਕਿਨ ਅਜੇ ਸਾਨੂੰ ਰਿਕਵਰੀ ਹੋਈ ਨਹੀਂ, ਰਿਕਵਰੀ ਅਸੀਂ ਕਰ ਰਹੇ ਹਾਂ। ਸਰ ਕੋਈ ਪਰਚਾ ਆ ਗਿਆ ਨਾ ਦੋਵਾਂ ਦੇ ਉੱਤੇ? ਇਹਨਾਂ ਦੇ ਪਹਿਲੇ 109 ਦਾ ਪਰਚਾ ਦਰਜ ਹੈ ਦੋਨਾਂ ਤੋਂ। 8/12/20 ਨੂੰ ਗੁਰੂ ਅਰਜਨ ਦੇਵ ਨਗਰ DSP ਸਿਕੰਦਰ ਸਿੰਘ ਜੀ ਆਪਣੇ ਨਿੱਜੀ ਕੰਮ ਲਈ ਮੈਡੀਸਨ ਲੈਣ ਲਈ ਕਿਸੇ ਡਾਕਟਰ ਦੇ ਪਾਸ ਗਏ ਸੀਗੇ। ਸਿਵਲ ਹਾਲਤ ਦੇ ਵਿੱਚ ਹੋਣ ਕਰਕੇ ਉਹਨਾਂ ਨੇ ਗੱਡੀ ਖੜੀ ਕੀਤੀ, ਅਤੇ 3 ਅਣਪਛਾਤੇ ਜਿਹੜੇ ਲਟੇਰੇ ਟਾਈਪ ਬੰਦੇ ਸੀਗੇ, ਉਹਨਾਂ ਨੇ ਪਿਸਤੌਲ ਦੀ ਨੋਕ 'ਚ ਉਹਨਾਂ ਕੋਲੋਂ ਗੱਡੀ ਦੀ ਚਾਬੀ ਅਤੇ ਗੱਡੀ ਖੋਹ ਕੇ ਲੈ ਗਏ। 24/1/21 ਨੂੰ ਇੱਕ ਅਸੀਂ ਇਸ ਸੰਬੰਧ ਦੇ ਵਿੱਚ ਕਾਫੀ ਸਰਚ ਕੀਤੀ ਸੀ, ਸਰਚ ਦੇ ਦੌਰਾਨ ਗੱਡੀ ਜਿਹੜੀ ਆ ਬਰਾਮਦ ਕੀਤੀ, ਅਤੇ ਇੱਕ ਗੱਡੀ ਨੂੰ ਜਿਹੜਾ ਖੋਹ ਕੇ ਲੈ ਗਿਆ ਸੀਗਾ ਲਵਪ੍ਰੀਤ ਸਿੰਘ ਨਾਂ ਦਾ, ਲਵਪ੍ਰੀਤ ਸਿੰਘ ਏਲੀਅਸ ਲਵ, ਸਨ ਆਫ ਗੁਰਬਖਸ਼ ਸਿੰਘ, ਰੈਜੀਡੈਂਸ ਆਫ ਕਾਲਾ ਘਨੂਪੁਰ ਦਾ ਰਹਿਣ ਵਾਲਾ ਸੀਗਾ। ਇਹਨੂੰ ਅਸੀਂ ਗ੍ਰਿਫਤਾਰ ਕੀਤਾ। ਇਹਨੂੰ ਗ੍ਰਿਫਤਾਰੀ ਤੋਂ ਬਾਅਦ ਅੱਗੇ ਪੁੱਛਗਿੱਛ ਇਹਦੀ ਜਾਰੀ ਹੈ। ਇਸ ਬੰਦੇ ਨੇ ਉਹ ਦੋ ਹੋਰ ਨਾਲ ਦੇ ਸਾਥੀਆਂ ਨਾਲ ਮਿਲ ਕੇ ਅਤੇ ਇਹ ਗੱਡੀ ਨੂੰ ਖੋਹਣ 'ਚ ਵਾਰਦਾਤ ਕੀਤੀ ਸੀਗੀ, ਅਤੇ ਜਿਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ, ਅਤੇ ਅੱਗੇ ਰਿਮਾਂਡ ਅਤੇ ਪੁੱਛਗਿੱਛ ਸਾਡੇ ਕੋਲ ਜਾਰੀ। ਸਰ ਕੋਈ ਪਿਸਟਲ ਬਰਾਮਦ ਕੀਤੀ? ਇੱਕ ਪਿਸਟਲ 32 ਬੋਰ ਬਰਾਮਦ ਕੀਤਾ ਇਹਦੇ ਕੋਲੋਂ, ਦੇਸੀ ਕੱਟਾ। ਟੋਟਲ 3 ਹੈ ਜੀ? ਉਹੀ ਕੇਸ 'ਚ ਜੀ ਤਿੰਨੇ ਕਿ ਪਹਿਲਾਂ? ਨਹੀਂ, ਇਸੇ ਕੇਸ 'ਚ ਹੀ ਨੇ ਤਿੰਨੇ। ਪਹਿਲਾਂ ਕੋਈ ਪਰਚਾ ਸਾਨੂੰ? ਪਹਿਲਾਂ ਇਹਨਾਂ ਦੇ ਪ੍ਰੀਵੀਅਸ ਰਿਕਾਰਡ ਚੈੱਕ ਕੀਤੇ ਜਾਣਗੇ, ਵੈਰੀਫਾਈ ਕਰ ਰਹੇ ਹਾਂ ਕੀ ਇਹਨਾਂ ਦੇ ਖਿਲਾਫ। ਗੱਡੀ ਕਿੱਥੋਂ ਸਰ ਕਵਰ ਹੋਈ? ਗੱਡੀ ਜਿਹੜੀ ਹੈਗੀ ਆ ਉਹ ਤੇ ਭਗਤਾਲੇ ਦਾਣਾ ਮੰਡੀ ਤੋਂ ਰਿਕਵਰ ਹੋਈ ਸੀਗੀ। ਇਹਨਾਂ ਨੇ ਕੋਈ ਖੋਹ ਕਰਦੇ ਕੋਈ CCTV ਫੁਟੇਜ ਸਾਹਮਣੇ? ਹਾਂ, CCTV ਫੁਟੇਜ। ਹਾਂ, ਇਨਵੈਸਟੀਗੇਸ਼ਨ ਜਾਰੀ, ਅੱਗੇ ਫਰਦਰ ਸਾਨੂੰ ਆਸ ਹੈ ਕਿ ਹੋਰ ਵੀ ਰਿਕਵਰੀ ਹੋਣ ਦੀ ਆਸ ਹੈ। ਤਿੰਨੇ ਅੰਮ੍ਰਿਤਸਰ ਦੇ ਸਰ? ਤਿੰਨੇ ਹੀ ਅੰਮ੍ਰਿਤਸਰ ਦੇ। ਨਹੀਂ, ਕੈਸ਼ ਨਹੀਂ ਮਿਲਿਆ। ਹੈਗਾ ਕੇਸ ਰਿਕਾਰਡ? ਉਹਨਾਂ ਨੇ ਸਰਚ ਕਰ ਰਹੇ ਹਨ, ਰਿਕਾਰਡ ਸਰਚ ਕਰ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ, ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ YouTube ਚੈਨਲ ਅਜੀਤ ਵੈਬ TV।
ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇਹਨਾਂ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼, ਅਜੀਤ।